ਅੱਲਾਹ ਦਾ ਸ਼ੁਕਰ, ਅੱਲਾਹ ਤਾਲਾ ਨੇ ਇੰਨੀ ਕੁ ਸਮਝ ਬੂਝ ਅਤੇ ਅਕਲ ਦੇ ਦਿੱਤੀ ਆ ਕਿ ਦੇਖੋ ਪੱਲੇ ਐ ਲਓ, ਪੱਲਿਆਂ ਦੀਆਂ ਨਕੀਲੀਆਂ ਐ ਲਓ, ਇਹ ਤਾਂ ਬਰੀਕ ਨਕੀਲੇ ਭਰ ਨਾ ਤਲਵਾਰ ਵਾਂਗੂ ਹੈ। ਦੇਖੋ ਮੈਂ ਤੁਹਾਨੂੰ ਬੰਦਾ ਇਹਦਾ ਦਿਖਾਉਣਾ, ਫਿਰ ਦੇਖਿਓ ਜੋੜਾ ਕੈਸਾ ਮੇਨਟੇਨ ਹੋਇਆ। ਠੀਕ ਹੈ ਜੀ, ਤਿੰਨ ਭਾਰ ਚੈੱਕ ਕਰੋ ਜ਼ਰਾ ਇਹਦੇ। ਠੀਕ ਹੈ ਜੀ, ਚੈੱਕ ਕਰ ਲਏ ਐ ਲਓ ਪੰਜੇ, ਤਾਂ ਇਹਦੀ ਬਣਾਵਟ ਆ ਸਰ। ਇਹ ਦੇਖਿਓ ਹੁਣ ਕਿਹੜੀ ਨਸਲ ਆ, ਛੱਡ ਕੇ ਵੀ ਸ਼ੌਕ ਕਰਾ ਦੂੰਗਾ। ਪਹਿਲੇ ਮੈਂ ਤੁਹਾਨੂੰ ਜਿਹੜਾ ਮਾਰਦਾ ਸ਼ੌਕ ਕਰਾ, ਫਿਰ ਮੈਂ ਤੁਹਾਨੂੰ ਜੋੜਨੇ ਜਿੰਨੇ ਸ਼ੌਕ ਹੋਏ। ਲਓ ਭਾਅ ਜੀ, ਇਹ ਸਰ ਇਹਦੇ ਨਾਲ ਨਰ ਲੱਗਾ ਵਾ। ਬਿਸਮਿਲਲਾਹਿਰਰਹਿਮਾਨਿਰਰਹੀਮ। ਹੈਲੋ ਸਰ, ਦੇਖੋ ਜ਼ਰਾ ਕਬੂਤਰ ਭਾਅ ਜੀ, ਮਾਸ਼ਾਅੱਲਾ, ਅੱਲਾਹ ਤਾਲਾ ਨਜ਼ਰੇ ਬਾਅਦ 'ਚ ਬਜਾਏ। ਇਹ ਸ਼ਾਹ ਪਰਵਾਜ਼ ਕਬੂਤਰ ਆ ਭਾਅ ਜੀ। ਅੱਖ ਦੇ ਅੰਦਰ ਰਿੰਗ ਅੰਦਰਲੇ ਚੈੱਕ ਕਰਿਓ ਅਤੇ ਇਹਦੀ ਨੋਕ ਚੈੱਕ ਕਰਿਓ। ਨਹੀਂ ਮਾਵਾਂ ਜੰਮਦੀਆਂ ਇੱਦਾਂ ਦੇ ਰੋਜ਼ ਕਬੂਤਰ। ਹੋਰ ਜ਼ੂਮ ਕਰਾਂ, ਹੈਲੋ, ਇਹ ਹੀ ਇਸ ਟਾਈਮ ਇੱਦਾਂ ਦੇ ਕਬੂਤਰ ਉਸਤਾਦ ਦੇ ਬਹੁਤ ਵੱਡੇ ਨਾਮੀ ਗ੍ਰਾਮੀ ਉਸਤਾਦਾਂ ਦੇ ਕੋਲ, ਪਾਵਿਆਂ ਕੋਲ ਪਏ ਆ ਜਨਾਬ। ਪਾਵੇ ਜਿਹੜੇ ਆ, ਪਾਵੇ ਉਸਤਾਦ ਨਹੀਂ ਜਿਹੜੇ ਅੱਜ ਕੱਲ੍ਹ, ਮਾਸ਼ਾਅੱਲਾ ਰਾਣਾ ਮੁੰਨਾ ਸਾਹਿਬ ਕੋਲ ਪਏ ਆ ਜੀ ਇੱਦਾਂ ਦੇ ਕਬੂਤਰ। ਉਸਤਾਦਾਂ ਦੇ ਉਸਤਾਦਾਂ ਕੋਲ ਪਏ ਇੱਦਾਂ ਦੇ ਕਬੂਤਰ ਜਨਾਬ। ਉਸਤਾਦ ਸਫਦਰ ਬਾਜਵਾ ਸਾਹਿਬ ਕੋਲ ਪਏ ਇਹਦੇ ਨਾਲ ਦੇ ਕਬੂਤਰ ਜਨਾਬ। ਬੜੇ ਸ਼ਾਨਦਾਰ ਕਬੂਤਰ ਆ। ਠੀਕ ਆ ਜੀ, ਅਤੇ ਇਹ ਸਾਰੇ ਦੇ ਕੜੀ ਪਾਈ ਜੀ 13 ਨੰਬਰ। ਇਹ ਪੰਜੇ ਜੀ, ਪੰਜੇ ਦੇਖ ਲਿਆ ਜੀ। ਹੈਲੋ ਜੀ, ਹੁਣ ਦੇਖਾਂ। ਹੈਲੋ ਜੀ, ਦੇਖੋ ਪੱਲੇ, ਸੱਲੱਲਾਹੁ ਅਲੈਹਿ ਵਸੱਲਮ। ਭਾਅ ਜੀ, ਅਜ਼ਾਨ ਸੁਣਿਆ ਵੀ ਕਰੋ, ਨਮਾਜ਼ ਪੜ੍ਹਿਆ ਕਰੋ ਲਾਜ਼ਮੀ। ਨਮਾਜ਼ ਪੜ੍ਹਨਾ ਫਰਜ਼ ਵਾ। ਠੀਕ ਆ ਜੀ, ਨਮਾਜ਼ ਪੜ੍ਹਨਾ ਫਰਜ਼ ਵਾ। ਫਰਜ਼ ਛੱਡ ਦਿੰਦੇ ਹਾਂ, ਅਦਬ ਉਹ ਇਹਤਰਾਮ ਅਸੀਂ ਕਰਨਾ ਬੜਾ ਸਾਨੂੰ ਪਤਾ ਵਾ। ਨਮਾਜ਼ ਦਾ, ਅਜ਼ਾਨ ਦਾ ਅਦਬ ਕਰ ਲਓ, ਅਦਬ ਕਰ ਲਓ, ਠੀਕ ਆ, ਅਦਬ ਕਰੋ, ਲੇਕਿਨ ਜਿਹੜੇ ਫਰਜ਼ ਦਾ ਵਾ ਫਰਾਜ਼ ਤਾਂ ਨਹੀਂ ਛੱਡੇ ਜਾ ਸਕਦੇ। ਲਓ ਭਾਅ ਜੀ, ਇਹ ਦੇਖੋ ਹੁਣ ਜ਼ਰਾ ਜੋੜਾ। ਅੱਛਾ ਜੀ, ਇੱਕ ਹੋਰ ਘੁਮੱਗਰ ਅਤੇ ਸਲਾਰੀ ਡੈਡੀ ਮਾਦੀ ਦਾ ਦੋਸਤ ਨੇ ਸਪੈਸ਼ਲ ਰਿਕੁਐਸਟ ਕੀਤੀ ਸਾਕੀ ਬਾਈ ਸ਼ੌਕ ਕਰਾ, ਮੈਂ ਉਹਦਾ ਵੀ ਸ਼ੌਕ ਕਰਾ ਲਵਾਂ ਤੁਹਾਨੂੰ। ਕੱਲ੍ਹ ਜਿਹੜਾ ਘੁਮੱਗਰ ਕਬੂਤਰ ਦਾ ਕਰਾਇਆ ਸੀ, ਜ਼ਰਾ ਸ਼ੌਕ ਕਰੋ, ਮਜ਼ਾ ਨਾ ਆਇਆ ਤਾਂ ਪੈਸੇ ਵਾਪਸ। ਠੀਕ ਆ ਜੀ,